ਮੈਂ ਤਾਂ ਇਹ ਸੋਚਿਆ ਹੋਇਆ ਸੀ ਕਿ ਮੂਵੀ ਕਰਨੀ ਨਹੀਂ ਹੈਗੀ ਛੇ, ਅੱਛਾ ਤੇ ਇਹ ਵੀ ਸੋਚਿਆ ਹੋਇਆ ਸੀ ਵੀ ਜਿੱਦਣ ਕਰਾਂਗੇ ਉਦਣ ਉਦਾਂ ਹੀ ਨਹੀਂ ਕਰਨੀ। ਮੈਂ ਕਿਤੇ ਫਿਲਮਾਂ ਤਾਂ ਲਿਖਦਾ ਨਹੀਂ ਰਿਹਾ ਜੇ ਆਪਾਂ ਗੱਲ ਕਰੀਏ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਜਿਹੜਾ ਕੰਮ ਬੰਦੇ ਨੇ ਕਦੇ ਜ਼ਿੰਦਗੀ 'ਚ ਕੀਤਾ ਨਹੀਂ ਉਹ ਕਰਨੀ ਕਰ ਨਹੀਂ ਸਕਦਾ। ਸਾਡੇ ਦਿੱਕਤ ਇਹ ਆਉਂਦੀ ਆ ਵੀ ਸਕਰੀਨ ਪਲੇ ਤੇ ਕਿਰਦਾਰ ਨਹੀਂ ਕਲਾਕਾਰ ਭਾਰੀ ਪੈ ਜਾਂਦਾ। ਮੈਂ ਹਰਦੀਪ ਗਰੇਵਾਲ ਹੈਗਾ ਸੀ ਜਾਂ ਹੈਗਾ ਜਾਂ ਰਹੂੰਗਾ, ਮੇਰਾ ਉਸ ਫਿਲਮ ਦਾ ਕੋਈ ਲੈਣ ਦੇਣਾ ਨਹੀਂ। ਜੇ ਕਿਸੇ ਨੇ 200 ਰੁਪਏ ਖਰਚਿਆ ਹੋਣਾ ਟਿਕਟ ਦਾ, ਉਹਨੂੰ ਐਂ ਨਹੀਂ ਲੱਗੂ ਵੀ ਯਾਰ ਮੈਂ ਨਾ 200 ਰੁਪਏ ਖਰਾਬ ਕਰ। ਇੱਕ ਮਾਸਟਰ ਪੀਸ ਬਣਾਉਣ ਦੀ ਕੋਸ਼ਿਸ਼ ਕੀਤੀ, ਸਿਨੇਮਾ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਤੁਸੀਂ ਐਂ ਮੰਨੋ ਵੀ 24 ਘੰਟਿਆਂ 'ਚ ਹੋਇਆ ਸਾਰਾ ਕੁਛ। ਜੇ ਤੁਸੀਂ ਫਿਲਮ ਦੇਖ ਕੇ ਨਿਕਲੋਗੇ ਨਾ, ਇੱਕ ਤਾਂ ਤੁਸੀਂ ਹੌਲੇ ਹੋਵੋਗੇ, ਤੁਸੀਂ ਸਵਾਲ ਸਿੱਧਾ ਹੀ ਐਂ ਪੁੱਛ ਲਿਆ, ਅਤੇ ਆਮ ਤੌਰ 'ਤੇ ਜਿਹੜੇ ਇੰਟਰਵਿਊ ਲੈਂਦੇ ਆ ਉਹ ਪੇਡਾ ਜਿਹਾ ਕਰਕੇ ਪੁੱਛਦੇ ਆ। ਫਿਲਮ ਸ਼ੁਰੂ ਹੋਣੀ ਆ ਨਾ, ਤੁਸੀਂ ਥੀਏਟਰਾਂ 'ਚ ਦੇਖੋਗੇ ਤਾਂ ਦੀਪੂ ਜੀ ਤੁਹਾਨੂੰ ਫੋਟੋ ਦਿੱਤੀ, ਸ਼ਰਧਾਂਜਲੀ ਡੈਡੀਕੇਟ ਉਹਨੂੰ ਕੀਤੀ। ਹਾਂ ਇੰਟਰਵਿਊ ਹੁੰਦਾ, ਲੋਕ ਕਹਿੰਦੇ ਆ ਜੀ ਇਹਨੇ ਕਿਤੇ ਇੰਸਟਾ 'ਤੇ ਉਹਦਾ ਨਾਮ ਨਹੀਂ ਲਿਖਿਆ। ਯਾਰ ਇੰਸਟਾ 'ਤੇ ਨਾਮ ਲਿਖਣ ਨਾਲ ਕੀ ਹੋਊ, ਤਾਂ ਪਹਿਲੀ ਵਾਰੀ ਹੋਇਆ ਤੁਹਾਡੇ ਨਾਲ ਆਹ ਗੱਲਾਂ ਖੁੱਲ੍ਹ ਗਈਆਂ ਕਿਉਂਕਿ ਤੁਸੀਂ ਤਾਰ ਛੇੜ ਲਈ। ਤੁਣਕਾ ਤੁਣਕਾ ਕਰ ਕਿਵੇਂ ਚੜੀ ਹਰਦੀਪ ਗਰੇਵਾਲ ਦੀ ਗੁੱਡੀ, ਇੱਕ ਅਧਿਆਪਕ ਤੋਂ ਕਿਵੇਂ ਬਣਿਆ ਗਾਇਕ, ਆਪਣੀ ਪਹਿਲੀ ਫਿਲਮ ਲਈ ਕੀ ਕੁਝ ਲਾਇਆ ਦਾਂ ਤੇ, ਅਤੇ ਕਿਸ ਨੂੰ ਕੀਤੀ ਹੈ ਇਹ ਫਿਲਮ ਸਮਰਪਿਤ, ਤੁਹਾਡੇ ਮਨਾਂ ਦਾ ਬੋਝ ਕਿਵੇਂ ਹਲਕਾ ਕਰੇਗੀ ਇਹ ਫਿਲਮ। ਹਰਦੀਪ ਗਰੇਵਾਲ ਨਾਲ ਖਾਸ ਗੱਲਬਾਤ ਦੇਖੋ ਫਾਈਵ ਵੁੱਡ ਦੇ ਯੂਟਿਊਬ ਚੈਨਲ ਅਤੇ ਆਫੀਸ਼ੀਅਲ ਪੇਜ 'ਤੇ।